ਗ੍ਰਾਮ ਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਭਾਰੀ ਫੋਰਸ ਨਾਲ ਮਾਈ ਜੀਨਾ ਮੁਹੱਲੇ ਚ ਛਾਪੇਮਾਰੀ ਕੀਤੀ। ਜਗਰਾਓਂ ਸਿਟੀ ਪੁਲਿਸ DSP ਗੁਰਦੀਪ ਸਿੰਘ ਗੋਸ਼ਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤ ਮਿਲ ਰਹੀ ਸੀ ਕਿ ਮੁਹੱਲੇ ਚ ਨਸ਼ਾ ਵਿਕ ਰਿਹਾ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੂਰੀ ਯੋਜਨਾ ਬਣਾਈ ਗਈ। ਪੁਲਿਸ ਨੇ ਮੁਹੱਲੇ ਵਿੱਚ ਛਾਪੇਮਾਰੀ ਕਰਕੇ ਕਈ ਘਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਅੱਜ ਸਾਊਥ ਡਿਵੀਜ਼ਨ ਜਗਰਾਓਂ ਦੇ ਪੁਲਿਸ ਦੇ ਨਾਲ ਜਿਹੜਾ ਅਸੀਂ ਮਾਈ ਜੀਨਾ ਮੁਹੱਲਾ ਜਗਰਾਓਂ ਦਾ ਸ਼ੱਕੀ ਏਰੀਆ ਹੈਗਾ ਅਤੇ ਅਸੀਂ ਐਡੀਫੈਕਟਰ ਰਿਲੇਟਡ ਜਿਹੜੀ ਸਰਵੇ ਕਰਾਇਆ ਗਿਆ। ਇਹ ਸਰਵੇ ਵਿੱਚ ਸਾਨੂੰ ਕੁਛ ਜਿਹੜੇ ਲਿਸਟਡ ਸਾਡਾ ਕੋਈ ਸ਼ੱਕ ਸੀਗਾ ਉਹ ਘਰਾਂ ਦੀ ਅਸੀਂ ਸਰਚ ਕੀਤੀ ਸੀ ਅਤੇ ਅਸੀਂ ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਨਸ਼ੇ ਦੇ ਖਿਲਾਫ਼। ਜੇ ਵੀ ਤੁਹਾਨੂੰ ਕਿਸੇ ਕਿਸਮ ਦੀ ਸਲਾਹ ਮਿਲਦੀ ਹੈ ਤਾਂ ਸਾਨੂੰ ਜ਼ਰੂਰ ਦੱਸੋ, ਅਸੀਂ ਇੱਦਾਂ ਦੀ ਗਾਇਬ ਗਾ ਜਿਹੜਾ ਰੇਡ ਕਰਕੇ ਸਰਚ ਕਰਦੇ ਰਹਾਂਗੇ। ਅਤੇ ਫਿਲਹਾਲ ਜਿਹੜਾ ਅਸੀਂ ਸਾਡੀਆਂ ਸੱਚ ਪਾਰਟੀਆਂ ਵਾਪਸ ਆ ਚੁੱਕੀਆਂ ਨੇ। ਦੱਸਣਯੋਗ ਹੈ ਕਿ ਇਸੇ ਮੁਹੱਲੇ ਚ ਥੋੜੇ ਦਿਨ ਪਹਿਲਾਂ 5 ਬੱਚਿਆਂ ਦੇ ਪਿਤਾ ਦੀ ਨਸ਼ੇ ਦੇ ਇੰਜੈਕਸ਼ਨ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਸੀ। ਜਗਰਾਓਂ ਤੋਂ ਦਵਿੰਦਰ ਜੈਨ, ਦੈਨਿਕ ਸਵੇਰਾ TV। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।